ਲੋ ਜੀ ਸਾਰੀਆਂ ਗੱਲਾਂ ਛੱਡੋ ਤੁਸੀਂ ਪਾਕਿਸਤਾਨੀ ਪੁਲਿਸ ਵੇਖੋ ਪਹਿਲੇ ਕਹਿੰਦੇ ਜੀ ਪਾਕਿਸਤਾਨ ਤਰੱਕੀ ਨਹੀਂ ਕਰਦਾ ਪਾਕਿਸਤਾਨੀ ਪੁਲਿਸ ਵੇਖੋ ਇਹ ਭਲਾ ਕਿਉਂ ਇਸ ਤਰ੍ਹਾਂ ਦੇ ਭਰਤੀ ਕੀਤੇ ਅੱਜ ਇੱਥੇ ਡਾਕੂਆਂ ਨਾਲ ਪੁਲਿਸ ਮੁਕਾਬਲਾ ਨਹੀਂ ਹੁੰਦਾ ਡਾਕੂਆਂ ਦੇ 5-7 ਜਵਾਨ ਜਵਾਨ ਮਾਰ ਕੇ ਤੇ ਆਪਣੇ ਇਸ ਤਰ੍ਹਾਂ ਦਾ ਮਰਵਾ ਲੈਂਦੇ ਆ ਉਹਦੀ ਕਬਰ ਦੇ ਇੱਥੇ ਬੂਟਾ ਸ਼ਹੀਦ ਚੌਂਕ ਬਈ ਬੰਦਾ ਪੁੱਛਿਆ ਮੂੰਹ ਹੈ ਇਸ ਕੰਮ ਦੇ ਤੂੰ ਲਾਖ ਦੀ ਲਾਣਤ ਦੋ ਹਜ਼ਾਰ ਦੀ ਟਿਕਟ ਖਰਚ ਕੇ ਤੇ ਲੋਕੀ ਵੇਖਣ ਕੀ ਦੇ ਬਈ ਤੂੰ ਜੋ ਇੱਥੇ ਘੰਟੇ ਦਾ ਦੁੱਧ ਫੈਂਟਣ ਦਿਆਂ ਉਹ ਜਿਨ੍ਹਾਂ ਨੇ ਤੈਨੂੰ ਦੇਖਿਆ ਤੈਨੂੰ ਕੋਈ ਸਿੱਧੀ ਮਾਂ ਭੈਣ ਦੀ ਗੱਲ ਕਰਦੇ ਨੇ ਕੌਣ ਜ਼ਿੰਮੇਦਾਰ ਤੂੰ ਜਦੋਂ ਪੈਦਾ ਹੋਇਆ ਤੇਰੀ ਪੈਦਾਇਸ਼ ਤੋਂ ਬਾਅਦ 8 ਮਹੀਨੇ ਤੇਰੇ ਘਰੋਂ ਧੂੰਆਂ ਨਿਕਲਦਾ ਰਿਹਾ ਲੋਕਾਂ ਨੇ ਜਾ ਕੇ ਇਹਦੀ ਵਾਲਦਾ ਨੂੰ ਪੁੱਛਿਆ ਖਾਲਾ ਜੀ ਬੱਚਾ ਪੈਦਾ ਕੀਤਾ ਜਾਂ ਪੈਰਾਂ ਨੂੰ ਅੱਗ ਲਾਈਏ ਮੈਂ ਤੇ ਪੈਦਾ ਹੋਇਆ ਸੋ ਹੋਇਆ ਇਹ ਤੇ ਹੁੰਦੇ ਹੀ ਨਹੀਂ ਸੀ ਇਹਦੀ ਮਾਂ ਨੂੰ ਮੈਂ ਪੁੱਛਿਆ ਕਿਉਂ ਨਹੀਂ ਹੁੰਦਾ ਉਹਨੇ ਮੈਨੂੰ ਗਾਣਾ ਸੁਣਾਇਆ ਹੋ ਨਹੀਂ ਸਕਦਾ ਤੇ ਜਦੋਂ ਇਹ ਜੰਮ ਪਿਆ ਇਹਦੀ ਮਾਂ ਨੇ ਵੇਖਿਆ ਇਹੋ ਜਿਹਾ ਬੱਚਾ ਉਹਨੇ ਫੇਰ ਗਾਣਾ ਗਾਇਆ ਅਰੇ ਨੇ ਅਰੇ ਇਹ ਕਿਆ ਹੋ ਮੂੰਹ ਤੇ ਵੇਖੋ ਇਹਦੀ ਮਾਂ ਨੇ ਜੰਮਿਆ ਕੀ ਬੰਦਾ ਤੇਰੀ ਮਾਂ ਚਲੋ ਮਾਂ ਨੂੰ ਤਾਂ ਬੰਦਾ ਕੁਛ ਨਹੀਂ ਕਹਿ ਸਕਦਾ ਮਾਵਾਂ ਸਭ ਦੀਆਂ ਸਾਂਝੀਆਂ ਬੰਦਾ ਤੇਰੇ ਵੀ ਪਿਓ ਨੂੰ ਚੌਂ ਚ ਖਿਲਾ ਕੇ ਦੂਰੋਂ ਆ ਕੇ ਨਹੀਂ ਕਵੇ ਚਾਚਾ ਜੀ ਫੂ ਲਾਖ ਦੀ ਲਾਣਤ ਓਏ ਬਾਹੂਬਲੀ ਨਾਲ ਕੀ ਕਰ ਰਿਹਾ ਬਾਹੂਬਲੀ ਨਹੀਂ ਜਨਾਬ ਹੋਰ ਕੀ ਆ ਤੂੰ ਕਟੱਪਾ ਦਾ ਮੁੰਡਾ ਏ ਕਾਲੀ ਮਾਤਾ ਚੋਂ ਇਹ ਜਦੋਂ ਕਿਸੇ ਬੀਬੀ ਭੈਣ ਦੇ ਘਰ ਬੱਚੀ ਬੱਚਾ ਪੈਦਾ ਹੋਣ ਵਾਲਾ ਹੋਵੇ ਤੇ ਪੋਤੋ ਸੋਹਣੀਆਂ ਸੋਹਣੀਆਂ ਫੋਟੋਆਂ ਕਿਉਂ ਵੇਖਦੀ ਇਸ ਵਾਸਤੇ ਕਿ ਉਹਨਾਂ ਦੇ ਘਰ ਬੱਚਾ ਖੂਬਸੂਰਤ ਪੈਦਾ ਹੋਵੇ ਤੇ ਤੇਰੀ ਮਾਂ ਨੇ ਬਾਂਦਰਾਂ ਦੀ ਲੜਾਈ ਵੇਖ ਲਈ ਸੀ ਓਏ ਲੜਿਆ ਨਾ ਕਰ ਓਏ ਓ ਪਾਵੰਦਿਆ ਪੁੱਤਰੋ ਉਹ ਕੀ ਆ ਜੇ ਕੋਈ ਕਾਠੇ ਦਾ ਆਇਆ ਚਾਚਾ ਜੀ ਹਾਂ ਭਾਈ ਐ ਤੁਸੀਂ ਦੁਕਾਨ ਤੇ ਆਨਾ ਕਿਉਂ ਨਹੀਂ ਖੋਲਦੇ ਕਿਉਂ ਕੀ ਹੋਇਆ ਇੱਕ ਮੇਰੇ ਵਰਗਾ ਗੱਭਰੂ ਜਵਾਨ ਮੁੰਡਾ ਆਇਆ ਸੀ ਅੱਛਾ ਉਹ ਕਿਉਂ ਲੈ ਆਇਆ ਗੱਭਰੂ ਮੁੰਡਾ ਕਿਉਂ ਲੈ ਆਇਆ ਵਾਹ ਪੈਂਡੂ ਵਾਹ ਤੂੰ ਮੈਨੂੰ ਨਹੀਂ ਜਾਣਦੀ ਨਹੀਂ ਤੈਨੂੰ ਏ ਤੈਨੂੰ ਤੈਨੂੰ ਲੈ ਜਾਣਾ ਓਏ ਬੱਸ ਕਰ ਜਿਵੇਂ ਇੰਨਾ ਹੁੰਦਾ ਹੀ
ਤੂੰ ਆਪਣਾ ਮੂੰਹ ਵੇਖ ਜਿਵੇਂ ਮੇਰਾ ਸਗਾ ਸਾਲਾ ਹੁੰਦਾ ਹੈ ਆਪਣਾ ਮੂੰਹ ਵੇਖ ਜਿਵੇਂ ਮੇਰਾ ਹੁੰਦਾ ਹੈ
ਵੀ ਡਰ ਗਏ ਜਿਹਨੇ ਕੇਸ ਕੀਤਾ ਉਹਦੇ ਹੱਥ ਸੜ ਗਏ ਏ ਜੀ ਤੋਂ ਤੇ ਮੇਰੇ ਤੇ ਲੋਕ ਡਰ ਗਏ ਜਿਹਨੇ ਕੇਸ ਕੀਤਾ ਉਹਦੇ ਹੱਥ ਸੜ ਗਏ ਕਹਿੰਦਾ ਅੱਬਾ ਕਹਿੰਦਾ ਮੈਨੂੰ ਬੁਲਾ ਕੇ ਫੜ 500 ਤੇ ਲੈ ਜਾ ਲੁਕਾ ਕੇ ਤੇ ਨਾਲੇ ਵਿੱਚ ਇਹਨੂੰ ਸੱਟ ਕੇ ਆ ਸ਼ਕਲੋਂ ਵੀ ਲੱਗ ਰਹੇ
ਹੈਲੋ ਐਡਰੈਸ ਨਾਪ ਲਿਖ ਲੈ ਆਓ ਜੀ ਨਾਂ ਕੀ ਹੈ ਨਾਂ ਕੀ ਹੈ ਮੈਡਮ ਪਰੀ ਲਿਖ ਉੱਤੇ ਮੈਡਮ ਪਰੀ ਮੈਡਮ ਪਰੀ ਦੋ ਵਾਰੀ ਉੱਤੋਂ ਫੜੀ ਤੀਰਾ ਪੁੱਤਰ ਸਾਢੇ ਚੌਦਾਂ ਤੀਰਾ ਸਾਢੇ ਚੌਦਾਂ ਬਾਜ਼ੂ ਲੇ ਪੁੱਤਰ ਬਾਜ਼ੂ ਬਾਜ਼ੂ ਲਿਖ ਸਾਢੇ ਬਾਈ ਤੁਸੀਂ ਨਾਪ ਜ਼ਿਆਦਾ ਕਲੋਜ਼ ਨਹੀਂ ਲੈ ਰਹੇ ਪੁੱਤਰ ਇਹ ਚਾਹ ਨਹੀਂ ਹੈਗੀ ਇੰਜ ਕਰਕੇ ਬਣਾ ਦਿੱਤੀ ਤੁਸੀਂ ਦਰਜੀ ਹੋਣ ਤੋਂ ਪਹਿਲੇ ਲੁੱਡੋ ਤਾਂ ਸੱਪ ਬਣ ਕੇ ਨਹੀਂ ਸੀ ਸੁੱਤੇ ਹੁੰਦੇ ਸਾਢੇ ਬਾਈ ਜੀ ਲੈਣਾ ਜੇ ਕਿੰਨਾ ਉਹ ਸਾਢੇ ਬਾਈ ਦੋ ਬੰਦੇ ਦਾ ਕੀ ਬਣਨਾ ਸਾਢੇ ਸਾਢੇ ਬਾਈ ਨਹੀਂ ਨਹੀਂ ਸਾਢੇ ਬਾਈ ਉਹ ਯਾਰਾਂ ਬਾਈ ਦੇ ਪੁੱਤਰਾ ਅੱਗੇ ਕਮਰ ਲੈ ਕਮਰ 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 ਲੇਖ ਕਿਸ ਕਮਰ ਲੇਖ 29 ਕਮਰ ਲੇਖ ਕਿਸ ਕਿਸ ਦਾਲ ਪਾ ਦਾਲ ਪਾਤੀ ਥੋੜੀ ਜਿਹੀ ਹੋਰ ਪਾ ਦੋ ਬੰਦੇ ਨੇ ਦਾਲ ਡੋਲਦੀ ਕਮਰ ਲਿਖੀ ਕਮਰ ਕਮਰ 29 ਕਮਰ 29 ਭਾਈਜਾਨ ਭਾਈਜਾਨ ਇਸਕੋ ਥੋੜਾ ਪਿੱਛੇ ਕਰ ਲੈ ਮੁਝੇ ਕਾਂਡ ਹੋ ਰਹੀ ਹੈ ਇੱਧਰ ਹੋ ਜਾ ਅਗਲੇ ਪੁੱਤਰ ਹੋਏ ਹਾਂਜੀ ਅਗਲੇ 27 27 ਨਾਲ ਗਏ ਹਲਕਾ ਜਿਹਾ ਜੰਪ ਬਣਾ ਯਾਰ ਹੁਣ ਸਾਰਿਆਂ ਦੇ ਸਾਹਮਣੇ ਕਹਿੰਦਾ ਬੰਦਾ ਚੰਗਾ ਲੱਗਦਾ ਲਿਖ 27 ਆਪਣਾ ਇਹ ਜੰਪ ਕਿੰਨਾ ਜੀ 27 ਜੀ ਛੋਟਾ ਬੰਦਾ ਲਿਖ 54 54 ਅੱਗੇ ਲਿਖ ਗਲਾ ਗਲਾ ਤੁਸੀਂ ਮਹਿੰਦੀ ਵਾਲੇ ਦਿਨ ਪਾਣਾ ਹੈ ਬਰਾਤ ਵਾਲੇ ਦਿਨ ਪਾਣਾ ਹੈ ਜਾਂ ਵਲੀਮੇ ਵਾਲੇ ਦਿਨ ਫੰਕਸ਼ਨ ਕਰਦੇ ਹੋ ਪਹਿਲੇ ਦੱਸਣਾ ਸੀ ਸਾਰਾ ਕੁਝ ਗਲਤ ਹੋ ਗਿਆ ਉਹ ਤੁਸੀਂ ਮੈਨੂੰ ਇੱਕ ਵਾਰੀ ਥੋੜਾ ਜਿਹਾ ਫੰਕਸ਼ਨ ਕਰਕੇ ਵਿਖਾਓ ਨਾ ਹਿਸਾਬ ਨਾਲ ਫਿਰ ਮੈਂ ਡਿਜ਼ਾਈਨ ਬਣਾ ਅੱਜ ਤੁਸੀਂ ਨੱਚਿਓ ਤੇ ਉਸਤਾਨੀ ਯਾਦ ਆ ਗਈ ਇਹ ਡਾਂਸ ਤੋਂ ਮੈਨੂੰ ਪਤਾ ਲੱਗ ਗਿਆ ਵੀ ਹਾਂਜੀ ਅਸੀਂ ਫਨਕਾਰ ਲੋਕ ਆ ਮੈਂ ਗਾਣਾ ਤੁਹਾਨੂੰ ਕੁਛ ਆਉਂਦਾ ਮੈਨੂੰ ਥੁੱਕ ਆਉਂਦਾ ਸੱਟਾਂ ਤੂੰ ਜਿੰਨੀਆਂ ਨਾਲ ਮਰਜ਼ੀ ਨੱਚ ਲੈ ਲੇਕਿਨ ਮੈਂ ਤੈਨੂੰ ਇਹੀ ਕਹਿ ਰਿਹਾ ਸਾਨੂੰ ਤੇਰੇ ਜਿਹਾ ਸੋਹਣਾ ਅਚਾਨਕ ਇਸ ਦਿਨ ਇਹ ਨਾ ਕਹਿ ਦੀ ਕਿ ਤੁਸੀਂ ਪਹਿਲੇ ਮੇਰੇ ਵਾਲਦ ਸਾਹਿਬ ਨਹੀਂ ਸੀ ਭੁਲੇਖਾ ਮੈਨੂੰ ਪੈਂਦਾ ਏਡਾ ਵੀ ਨਹੀਂ ਆਪਣੀ ਪਈ ਬੋਲੀ ਤੇ ਕਰੋ ਕੁਛ ਛੋਟੇ ਦੁੱਧ ਦੀ ਚਾਹ ਪੀਂਦੇ ਹੋ ਕਿੱਥੇ ਗੱਲ ਤੁਹਾਡਾ
ਬੱਕਰੀ ਦਾ ਦੁੱਧ ਹੀ ਕਹਿ ਰਹੇ ਨੇ। ਅੱਛਾ ਮੈਂ ਕਹਿੰਦਾ ਲੈ ਫਰੈਸ਼ ਲੈ ਆਈ ਇੱਥੋਂ ਮੈਂ ਪੀਦਾ ਦੁਕਾਨ ਤੋਂ ਬੱਕਰੀ ਦਾ ਦੁੱਧ ਹੀ ਕਹਿ ਰਹੇ ਨੇ ਬੱਕਰੀ ਤੁਸੀਂ ਬੱਕਰੀ ਦਾ ਇੱਕ ਥਣ ਵੇਖਿਆ ਨਾ ਮੰਜੀ ਤੋਂ ਫੜਿਆ ਗਿਆ ਬਈ ਬੜੀ ਗੱਲ ਕੀਤੀ ਜਵਾਨਾ ਇਹ ਦੋਵੇਂ ਭਰਾ ਉਹ ਜਿਹੜੇ ਪੱਖਰ ਮੁਰਦੇ ਖਾਂਦੇ ਸੀ ਪਾਗਲ ਨਹੀਂ ਇਹਨੂੰ ਮੈਂ ਸਾਈਕਲ ਦੇ ਦਿੰਦਾ ਇਹ ਚਲਾਉਂਦਾ ਇਹ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਪਾ ਦਿੰਦਾ ਏਡਾ ਤਗੜਾ ਮੈਂ ਉਹਨੂੰ ਰੋਕ ਵੀ ਨਹੀਂ ਸਕਦਾ ਹੁਣ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਐਵੇਂ ਹਵਾਲਦਾਰ ਨਹੀਂ ਹੋਏ ਓਏ ਰਾਹ ਵਿੱਚ ਕਬਰ ਸਸੀ ਦੀ ਆਈ ਕਬਰ ਫੱਟੀ ਵਿੱਚੋਂ ਆਵਾਜ਼ ਆਈ ਕੀ ਮੈਨੂੰ ਛੱਡ ਦੇ ਮੈਨੂੰ ਛੱਡ ਦਈਏ ਤੂੰ ਕੈਸੀ ਪਕਾਨਾ ਹੈ ਤੈਨੂੰ ਛੱਡ ਦਈਏ ਹੈ ਕੋਈ ਇੱਥੇ ਕੱਪੜੇ ਗਲਤ ਨਾ ਸੀਨੇ ਮੇਰੇ ਇਲਾਕੇ ਚ ਸਹੀ ਗੱਲ ਕੋਈ ਇੱਥੇ ਚਾਹ ਗਲਤ ਨਾ ਵੇਚੇ ਨਹੀਂ ਸਰ ਤੇ ਕੋਈ ਕਾਲਾ ਨਾ ਰਵੇ ਮੇਰੇ ਇਲਾਕੇ ਚ ਕਿਉਂ ਨਹੀਂ ਜਾਂ ਤੂੰ ਛੱਡ ਜਾਏ ਇਲਾਕਾ ਜਾਂ ਮੈਂ ਛੱਡ ਦਿੰਦਾ ਉਹਦੀ ਵਜ੍ਹਾ ਤੇ ਦੱਸੋ ਕਾਲਾ ਤੇ ਮੰਮੀ ਆ ਪਰ ਇਹਨਾਂ ਦਾ ਭੇੜੇ ਜੋ ਹੋਇਆ ਤੁਸੀਂ ਜ਼ਹੀਨ ਆਦਮੀ ਨੇ ਇੱਕ ਇਲਾਕੇ ਚ ਦੋ ਕਾਲੇ ਨਹੀਂ ਰਹਿ ਸਕਦੇ ਇੰਤਹਾਈ ਜ਼ਹੀਨ ਆਦਮੀ ਨੇ ਮਾਸ਼ਾਅੱਲਾ ਹਵਾਲਦਾਰ ਨੇ ਅੱਛਾ ਲੇਕਿਨ ਬੈਰੀਆ ਟਾਊਨ ਚ ਘਰ ਬਣਾਇਆ ਇਹਨਾਂ ਨੇ ਇਹ ਪੰਜ ਮਹਲੇ ਦਾ ਅੱਛਾ ਆਖਰੀ ਲੈਂਟਰ ਪੈਣ ਲੱਗਾ ਤੇ ਯਾਦ ਆਇਆ ਸਾਡਾ ਪਲਾਟ ਦੇ ਨਾਲ ਦਾ ਉਹ ਸਹੀਨ ਹੋਣ ਦੇ ਨਾਲ ਨਾਲ ਲੱਕੀ ਵੀ ਨੇ ਬੈਰੀਆ ਟਾਊਨ ਦੀ ਇਹਨਾਂ ਨੂੰ ਕਈ ਵਾਰੀ ਕੂੜੇ ਵਿੱਚ ਸਹੀ ਖਰਬੂਜ਼ਾ ਲੱਭਾ ਸਰ ਤੁਹਾਡੇ ਸਾਰੇ ਦੋਨਾਂ ਤੇ ਆ ਕੀ ਚੰਗਾ ਐ ਅੱਛਾ ਐ ਕੱਪੜੇ ਗਲਤ ਨਹੀਂ ਸੀ ਤੁਸੀਂ ਚੰਦਰ ਸਾਹਿਬ ਇਹ ਤੁਹਾਡੇ ਬਾਰੇ ਕੀ ਜਾਣਦੇ ਨੇ ਕੀ ਜਾਣਦੇ ਆ ਸਾਊਦੀ ਅਰਬ ਦੇ ਸਨ ਸਾਊਦੀ ਅਰਬ ਜੱਫੀਆਂ ਹਾਲਾਤ ਖਰਾਬ ਅਗਲੇ ਜੱਫੀਆਂ ਪਾਉਣਗੇ ਕਮੇਟੀਆਂ ਪਾਉਣ ਮੇਰਾ ਕਸੂਰ ਨਹੀਂ ਹੈ ਵੇਖੋ ਜਰਾ ਵੇਖੋ ਜਰਾ ਸੂਟ ਗਲਤ ਸੀਨ ਤਾਂ ਅੱਗੇ ਸ਼ਟਰ ਲਾਉਣਾ ਹੀ ਭੁੱਲ ਗਏ ਮੈਨੂੰ ਤੁਸੀਂ ਆਪ ਕਿਹਾ ਬਈ ਇੰਨਾ ਇੰਨਾ ਹੋਣਾ ਚਾਹੀਦਾ ਤੇ ਮੈਂ ਤਾਂ ਸਗੋਂ ਇੰਨਾ ਇੰਨਾ ਕੀਤਾ ਇੱਧਰੋਂ ਵੀ ਇੰਨਾ ਇੰਨਾ ਥੱਲੇ ਰੱਖ
ਇੱਥੋਂ ਥੱਲੇ ਤੇ ਫਾਇਦਾ ਹੀ ਕੋਈ ਨਹੀਂ। ਮਿੱਟੀ ਦਾ ਤੇਲ ਹੈ ਆਹੋ, ਆ ਦੁਕਾਨ ਨੂੰ ਅੱਗ ਲਾ ਕੇ ਤੇ ਗਾਹਕ ਕੋਈ ਨਹੀਂ ਆਉਂਦਾ। ਬਣਵਾਓ ਨਾ ਮਿਊਂਸਪਤਾਲ, ਕੰਨ ਤੇ ਟੰਗੀਆਂ ਉੱਥੋਂ ਲੈ ਲਓ।
ਘੰਟੀ ਕਿਹੜੀ ਮੈਕਸੀ ਹੁੰਦੀ ਮੈਨੂੰ ਦੱਸ ਜ਼ਰਾ। ਓਹ ਸਹੀ ਗੱਲ ਹੈ, ਸਮਝ ਨਹੀਂ ਆ, ਅੰਦਰ ਬਲਾਊਜ਼ ਬਣੇਗਾ ਉੱਤੇ ਮੈਕਸੀ ਬਣੇਗੀ। ਉਹ ਤੁਸੀਂ ਉੱਥੋਂ ਲੈ ਲਓ, ਧੋਪਣਾ ਸੁੱਕੀਆਂ ਵੀ ਹੁੰਦੀਆਂ। ਅੱਛਾ ਮਾਫ ਕਰ ਦੀ, ਮੈਂ ਤੇਰਾ ਸਮਝ ਰਿਹਾ ਸੀ। ਨਹੀਂ ਉਹਨਾਂ ਦੀ ਬਲੂਟੂਥ ਤੇ ਜੇਲ ਚ ਹੈਗਾ, ਉਹਨੂੰ ਅਗਰ ਵਧੀਆ ਲੱਗਦੀ ਹੈ ਜੇਲ ਚ ਹੈਗਾ, ਉਹਨੂੰ ਅਗਰ ਬੱਚੇ ਨਹੀਂ ਲੜਨੀਆਂ ਆਪਣੇ ਮਗਰ ਬੱਚੇ ਨਾਲ। ਬਾਜ਼ੂ ਬਾਜ਼ੂ ਮੇਰੇ ਮੋਢੇ ਤੇ ਸਾਢੇ 21 ਭਾਈ ਜੀ, ਇਹ ਛੋਟਾ ਤੇ ਨਹੀਂ, ਦੋਵੇਂ ਲੈ ਲੈ। ਕੀ ਤੈਨੂੰ ਪ੍ਰੋਬਲਮ ਹੈ? ਆਪਣਾ ਸਾਢੇ 21 ਕੀ ਹੈ? ਤੈਨੂੰ ਨਹੀਂ ਪਤਾ ਮੌਤ ਪੈ ਸਕਦੀ ਹੈ ਸਾਨੂੰ ਵੀ? ਲੈ ਨਾਪ, ਲੈ ਨਾਪ ਆ ਰਹੇ ਹੋ ਪਰਸੋਂ ਦਾ ਵੱਡਾ ਮੁੰਡਾ ਰੇਲਵੇ ਚ ਰਿਟਾਇਰ ਹੋਇਆ। ਤੀਰਾ ਕਿੰਨਾ ਹੈ? ਤੀਰਾ ਲਿਖੋ ਭੈਣ ਦਿਆ ਵੀਰਾ, ਸੱਚ ਸੋਰੀ ਕਮੀਜ਼ ਲਿਖੋ ਬਗੈਰ ਗਲੇ ਤੋਂ। ਹੁਣ ਮੈਂ ਇੱਥੇ ਤੱਕ ਗਲਾ ਬਣਾ ਦਿਆ ਮੈਡਮ ਤੁਹਾਡਾ, ਤੈਨੂੰ ਹੁਣੇ ਮੈਂ ਪੁਲਿਸ ਵਾਲੇ ਦੀ ਚੁੰਮੀ ਦਵਾਈ ਨਾ ਤੇਰਾ ਢਿੱਡ ਦਰਦ ਠੀਕ ਹੋ ਜਾਣਾ। ਪੁਲਿਸ ਵਾਲੇ ਤੋਂ ਯਾਦ ਆਇਆ, ਕਾਕਾ ਕੁੱਤਾ ਵੇਖਣਾ, ਸ਼ੀਸ਼ਾ ਵੇਖ ਯਾਰੇ। ਅੱਛਾ ਬਈ ਇੱਕ ਗੱਲ ਤੁਸੀਂ ਕੰਨ ਖੋਲ ਕੇ ਸੁਣ ਲਓ, ਵਾਹ ਤੁਸੀਂ ਦੁਕਾਨਦਾਰ ਹੋ ਕਿ ਸਾਡੇ ਕੋਲ ਗਾਹਕ ਆ ਰਿਹਾ, ਤੁਸੀਂ ਫੁੱਲ ਮਨੁੱਖੀਅਤ ਪਾਈ ਹੈ। ਦੋਵਾਂ ਭਰਾਵਾਂ ਨੇ ਧੀ ਵਿਆਹ ਹੀ ਨਾ ਬੜੀ ਦੇਰ ਦੂਰ, ਉਹ ਯਾਦ ਆਉਂਦੀ ਇਹਨਾਂ। ਮੈਡਮ ਲੈ ਲੈ ਨਾ।
ਨਾ ਚੀਨੀ ਡੁੱਲੀ ਯਾਰ ਮੈਨੂੰ ਪਤਾ ਨਹੀਂ ਨਾਪ ਲੈਣ ਹੁੰਦਾ ਮੈਂ ਘੁੱਟ ਕੇ ਬੰਦ ਕੀਤੇ ਨੇ ਉਸਤਾਦ ਜੀ ਤੁਸੀਂ ਕੀ ਫਿਲਮ ਦੀ ਮਸ਼ਹੂਰੀ ਕਰ ਰਹੇ ਕੱਢੋ ਇਹਨਾਂ ਨੂੰ ਬਾਹਰ ਸਾਡੀ ਨਾਮਰੀ ਖਰਾਬ ਕਰ ਰਹੇ ਨੇ ਅੱਛਾ ਵੈਸੇ ਆਪਸ ਹੀ ਇਹ ਤੁਹਾਡੀ ਲੜਾਈ ਮੁੱਕ ਸਕਦੀ ਹੈ ਕਿਵੇਂ ਅਗਰ ਇਹ ਕੁੜੀ ਦਾ ਭਰਾ ਨਹੀਂ ਹੈ ਕਾਲਾ ਹਾਂ ਇਹ ਅਗਰ ਆਪਣੀ ਭੈਣ ਨੂੰ ਸ਼ਲਵਾਰ ਦੇ ਦੇ ਤੇ ਨਾਪਾਂ ਦੇ ਰੌਲੇ ਮੁੱਕ ਸਕਦੇ ਅੱਛਾ ਤੈਨੂੰ ਕਿਸੇ ਨੇ ਕਿਹਾ ਛਾਪਾ ਤੇ ਤੈਨੂੰ ਨਹੀਂ ਪਤਾ ਲੱਗਾ ਭੈਣ ਦੀ ਪਾ ਕੇ ਦੇਖ ਲਏ ਬੜੇ ਭਾਈ ਇਹ ਮੇਰੀ ਬਹਿਣ ਨਹੀਂ ਹੈ ਕਿਉਂ ਮੇਰੀ ਤਾਂ ਉਹਦੀ ਹੈ ਨਾ ਸਾਡੇ ਡਾਇਰੈਕਟਰ ਨੇ ਜ਼ਫਰੀ ਖਾਨ ਸਾਹਿਬ ਉਸ ਕੰਜਰ ਨੇ ਆਪ ਟੇਪਾਂ ਲਾਈਆਂ ਪਤਾ ਨਹੀਂ ਹੁਣ ਕਲੈਬ ਡਰਾਮੇ ਦੀ ਹੈ ਕਿ ਕੰਜਰ ਹੁੰਦੀ ਹੈ ਓ ਨਾ ਅੱਛਾ ਮੈਨੂੰ ਲੱਗ ਨਹੀਂ ਰਿਹਾ ਜਿਵੇਂ ਤੂੰ ਨਾਪ ਲਈ ਬੁਲਾ ਰਹੀ ਹੈ ਨਹੀਂ 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 ਡਰਾਮ ਨਾ ਸਾਜੀ ਸਿੱਧੀ ਹੋ ਜਾਓ ਅੱਜ ਨਹੀਂ ਉਹਨੇ ਆਉਣਾ ਆਈ ਛੁੱਟੀ ਹੈ ਕੋਈ ਗੱਲ ਸੁਣ ਲੈ ਹਾਂਜੀ ਨਹੀਂ ਗੱਲ ਸੁਣ ਹਾਂਜੀ ਕੋਈ ਐਸਾ ਨਾਪਣਾ ਨਹੀਂ ਪੁੱਤਰ ਪਾਣੀ ਨਹੀਂ ਆ ਰਿਹਾ ਤੈਨੂੰ ਦੱਸ ਦਿੱਤਾ ਜੀ ਚਲੋ ਪੁੱਤਰ ਅੱਛਾ ਗੱਲ ਸੁਣੋ ਮੈਂ ਨਾਪ ਲੈਣ ਚੱਲਾਂ ਕੋਈ ਉੱਚਾ ਨਾ ਬੋਲਿਓ ਨਾ ਹੋਵੇ ਮੇਰਾ ਨਿਸ਼ਾਨਾ ਮਿਸ ਹੋਏ ਔਰ ਤੂੰ ਵੀ ਗੱਲ ਸੁਣ ਹਾਂਜੀ ਤੇ ਨਾਪ ਲੈਂਦਾ ਤੇਰੀ ਆਵਾਜ਼ ਬਾਹਰ ਨਾ ਆਵੇ ਕਿਸੇ ਦੀ ਵੀ ਇਸ ਤਰ੍ਹਾਂ ਫਿਰ ਅਸਰ ਪੈਂਦਾ ਮਾਰਕੀਟ 'ਚ ਉੱਥੇ ਬਹਿ ਜਾਓ ਬੜੇ ਇੱਕੋ ਜਿਹੇ ਸੂਟ ਪਾਏ ਤੁਹਾਡੀ ਦੀਵਾਲੀ ਆ ਜੀ ਜਿਹੜੀ ਕੁੜੀ ਨੀ ਉਹਦੀ ਵੱਡੀ ਭੈਣ ਬੇਵਾ ਆਹੋ ਜਿਹੜੀ ਤੇਰੇ ਨਾਲ ਬਹੁਤ ਪਿਆਰ ਕਰਦੀ ਮੰਮੀ ਉਹਦੇ ਨਾਲ ਬਹੁਤ ਪਿਆਰ ਕਰ ਰਿਹਾ ਭਾਈ ਨੂੰ ਆ ਰਹੀ ਹੈ ਤੇਰੇ ਮੈਂ ਸਦਕੇ ਜਾਵਾਂ ਹਮੇਸ਼ਾ ਤੂੰ ਹੀ ਲਿਆਂਦੀ ਹੋਏ ਅੱਛਾ ਮੈਂ ਆਪਣੇ ਨਾਲ ਛੋਟਾ ਭਰਾ ਬਣ ਕੇ ਇੱਕ ਬੇਵਾ ਦੀ ਮਦਦ ਕਰ ਰਿਹਾ ਇਹ ਵੀ ਤੇ ਤੈਨੂੰ ਸਵਾਹ ਪਹੁੰਚੇਗਾ ਕੀ ਹੌਲਾ ਰੱਖੀ ਜਾ ਅੱਜ ਵੇਖ ਇਹ ਕਿਤੇ ਕੰਮ ਸਿੱਧਾ ਹੈ ਤੇ ਮਾਰਕੀ ਨਾਪੜੀ ਹੈ ਪੁੱਛੋ ਨਾ ਨਗਾਈ ਜਾਓ
शादी कर लवा बेवा ना व्याह करिए बड़ा सुहाब होता बंद मशीन चलती दुआवा कर दी मेरा मतलब मैं दांत खराब हो जाते हैं घर आके सौदा दे तो दवा परचा हो जाना है पिछे तो वाकिफ हाँ तेरा पूरा खानदानी तो खातून मैं तेरे ना प्यार कर रहा मैं तेरे बगैर नहीं जी सकता मैं गुमशुदा हूं बदनाम होंगे तो क्या नाम ना होगा अच्छा हाँ। अच्छा ऐ दस कि मेरा बहु चुक लेगा कोशिश करांगा नहीं तो थल्ले आके मरांगा भी नहीं ना तानू प्यार करना वन तू मच उस्ताद जी अगर ऐसा ही रहा तो मैं वापस इंग्लैंड चला जाऊंगा भेज देने यार ओ बासु तेरे घर आ गया जी ओ ठहरते जा जी आप कौन मैं आपकी सिस्टर की हूं मंगों का तर्जमान ए अपना भाई जी भाई जी हां जी बाजी कमाल नहीं मूह तेरा क्यों खोलता नसाउना ने छड़कने हरदा अंदर जाके तलाश दो डायरेक्टर तो फिल्म स्टार कुड़ी आई है कुड़ी वे के करंट ही लग जांदा की खा बैठा करंट लवानी आए ने होर तेरी भैन दे कुला ते आए ने सही किया बाजी जनाब बंदे दी जात है किदे नाल तारुफ करवाएगा मेरा तारुफ हां किदे नाल ओ तू तो भेजी आ अज तो कॉमेडी किंगी हुई
ਆਹੇ 500 ਫਿਲਮ ਦੇ ਤੁਸੀਂ ਹੀਰੋ ਅੱਛਾ ਮੇਰੀ ਗੱਲ ਸੁਣ ਅੱਛੇ ਤਰੀਕੇ ਨਾਲ ਮੇਰਾ ਤਾਰੁਫ ਕਰਵਾਈ ਇੰਟਰੋਡਕਸ਼ਨ ਤੇ ਬਾਈ ਜਿਹੜੀ ਜਿਹੜੀ ਮੈਂ ਫਿਲਮ ਕੀਤੀ ਜਿਹੜੀ ਜਿਹੜੀ ਮੈਂ ਹਿੱਟ ਸੀ ਕਿਤੇ ਨੇ ਸਾਰਿਆਂ ਦੇ ਬਾਰੇ ਦੱਸੀ ਮੈਂ ਦੱਸਣਾ ਤੁਹਾਡੀ 500 ਤੋਂ ਫਿਲਮ ਰਿਲੀਜ਼ ਹੋ ਗਈ ਆ ਮੈਂ ਡਾਇਰੈਕਟਰ ਆ ਅੱਛਾ ਮੈਂ ਤੁਹਾਡੀਆਂ ਆ ਫਿਲਮਾਂ ਵੇਖ ਰਹੀ ਮੇਰੀ ਗੱਲ ਦੱਸ ਜਦੋਂ ਫਿਲਮ ਰਿਲੀਜ਼ ਹੋ ਰਹੀ ਸੀ ਤੂੰ ਵੇਖ ਰਿਹਾ ਸੀ ਜਨਾਬ ਮੈਂ ਉਹਦਾ ਗਾਣਾ ਵੇਖਿਆ ਨਾ ਮੇਰੀ ਜਾਨ ਜਲਦੀ ਬੁਲਾ ਨਾ ਮੇਰੇ ਕੋਲ ਇੰਤਜ਼ਾਰ ਨਹੀਂ ਹੋ ਰਿਹਾ ਬਸ ਬਚੋ ਪਰ ਲਗਾ ਬਣਾਉਣ ਆਪਣਾ ਬਗੈਰ ਤੋਂ ਇਹਦਾ ਤੇ ਕੋਈ ਨਹੀਂ ਇਹ ਤਾਂ ਪਤਾ ਨਹੀਂ ਉਹ ਕੋ ਹੈ ਉਹ ਇਹ ਮਸਲਾ ਕੋਈ ਇਹ ਕੌਣ ਹੈ ਨਿਆਲਾ ਜਿਹਾ ਕਿਉਂ ਜੀ ਮੈਂ ਤੁਹਾਡੀ ਫੋਟੋ 'ਚ ਵੜ ਗਿਆ ਉਹ ਤੂੰ ਖੋਟੇ 'ਚ ਕੀ ਬਣਨਾ ਤੂੰ ਤਾਂ ਬਾਹਰ ਹੀ ਇੰਜ ਆਇਆ ਸਾਲਿਆ ਜਿਵੇਂ ਜੰਮਣ ਲੱਗਾ ਬਈ ਮੇਰੀ ਗੱਲ ਸੁਣ ਜੇ ਤੂੰ ਖੁੱਡ 'ਚ ਵੜ ਜਾਂਦਾ ਨਾ ਤਾਂ ਤੂੰ ਨਿਕਲਣਾ ਨਹੀਂ ਸੀ ਆਏ ਕਿਵੇਂ ਹੋ ਉਹ ਵੀਰਵਲ ਨੂੰ ਪੁੱਛ ਰਿਹਾ ਕਿਹੜੀ ਵੀਰਵਲ ਆ ਡਾਇਰੈਕਟਰ ਉਹ 500 ਫਿਲਮ ਦੀ ਵੀਰਵਲ ਐ ਆ ਜੀ ਜੀ ਮੈਂ ਤੁਸੀਂ ਮੈਨੂੰ ਪਛਾਣਿਆ ਨਹੀਂ ਪਛਾਣ ਲਿਆ ਜੀ ਅੱਛਾ ਮਾਸ਼ਾਅੱਲਾ ਖਾਂ ਵੀ ਇਹਨੇ ਲੈ ਆਂਡਾ ਵੀ ਦਿੰਦੇ ਨੇ ਓਏ ਉਹ ਤੇਰਾ ਫਿੱਟੇ ਮੂੰਹ ਉਹ ਇਮਰਾਨ ਖਾਨ ਦੇ ਧਰਨੇ 'ਚ ਜੰਮਣ ਵਾਲੇ ਆ ਉਹ ਹਿਰਮਨ ਆਈ ਆ ਮੈਂ ਨਹੀਂ ਪਛਾਣਿਆ ਮੈਂ ਫਿਲਮ ਸਟਾਰ ਆ ਫਿਲਮ ਸਟਾਰ ਨਾਮ ਹੈ ਮੇਰਾ ਸ਼ਬਨਮ ਤੇ ਪਿਆਰ ਨਾਲ ਮੈਨੂੰ ਸ਼ਬੋ ਕਹਿੰਦੇ ਨੇ ਅੱਛਾ 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 ਫਿਲਮ ਦੇ ਸਟਾਰ ਤੇ ਹੁੰਦੇ ਹੋ ਓਏ ਯਾਰ ਮੇਰਾ ਨਾਮ ਫਿਲਮ ਸਟਾਰ ਉਹ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਇਹਨੂੰ ਸਾਰੇ ਨੂੰ ਵਾਰ ਨਾ ਵੇਖੋ ਐ ਇਹੋ ਜਿਹਾ ਮਾਸ ਨਾਈ ਲਾ ਕੇ ਸੁੱਟ ਜਾਂਦਾ ਉਹ ਕਹਿੰਦਾ ਐ ਨਹੀਂ ਦੇਗਾ ਅੱਛਾ ਮੇਰੀ ਗੱਲ ਸੁਣ ਤੂੰ ਮੇਰੀਆਂ ਫਿਲਮਾਂ ਕਿੱਥੇ ਚਲਾਉਂਦਾ ਰਿਹਾ ਜਿਹੜਾ ਉਹ ਮੈਨੂੰ ਪਛਾਣ ਨਹੀਂ ਰਿਹਾ ਉਹ ਮੈਡਮ ਹੁਣੇ ਪਛਾਣ ਲੈਂਦਾ ਤੁਸੀਂ ਆਪਣਾ ਮਸ਼ਹੂਰ ਡਾਇਲੌਗ ਬੋਲੋ ਇਹਨੂੰ ਯਾਦ ਆ ਜਾਏਗਾ ਇਹਨੂੰ ਜਾ ਕਹੋ ਜੇ ਸੋਹਣਿਆ ਮੈਂ ਤੇਰੀ ਬਣ ਗਈ ਆ ਜੇ ਤੂੰ ਮੇਰਾ ਨਾ ਬਣਿਆ ਤੂੰ ਇੰਜ ਜਾ ਕੇ ਕੋਈ ਡਾਇਲੌਗ ਬੋਲ ਓਕੇ ਕਹ ਕਹ ਮੈਂ ਤਾਂ ਤੇਰੀ ਬਣ ਗਈ ਤੂੰ ਮੇਰਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਸਟਾਰਟ ਡਾਊਨ ਕੈਮਰਾ ਐਕਸ਼ਨ ਉਹ ਆਪਣੇ ਪਿਓ ਦਾ ਨਹੀਂ ਬਣਿਆ ਤੇਰਾ ਇਹ ਕਿਹੜੀ ਫਿਲਮ ਹੈ ਮੈਂ ਤੇ ਵੇਖੀ ਨਹੀਂ ਉਹ ਜਨਾਬ ਉਹਦੇ ਡਾਇਲੌਗ ਸੀ ਉਹ ਫੇਰ ਕਹੀ ਜਾ ਰਹੇ ਹੈ ਕਿਹਾ ਜੀ ਮੇਰਾ ਮਸ਼ਹੂਰ ਸੀਨ ਯਾਦ ਕਰੋ ਜਦੋਂ ਇੰਜ ਕਰਕੇ ਮੈਂ ਹੱਥਾਂ 'ਚ ਹੱਥ ਪਾਏ ਸਨ ਹੱਥਾਂ 'ਚ ਹੱਥ ਪਾਏ ਸਨ ਫਿਰ ਇੰਜ ਹੱਥ ਬੰਦ ਕੀਤੇ ਸਨ ਫਿਰ ਇੰਜ ਖੋਲੇ ਸਨ ਫਿਰ ਪਾਏ ਸਨ ਫਿਰ ਜਦੋਂ ਬੜਾ ਹੀ ਮਜ਼ਾ ਆਇਆ ਸੀ ਲੋਕਾਂ ਨੂੰ ਹਾਂ 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 ਆ ਨਹੀਂ ਮਜ਼ਾ ਆ ਰਿਹਾ ਆਇਆ ਬੱਤੀ ਕਿਤੋਂ ਬੰਦ ਆਉਂਦੀ ਹੈ ਅਸਲ 'ਚ ਮੈਂ ਤੁਹਾਡਾ ਇਹ ਨਹੀਂ ਸੀਨ ਦੇਖਿਆ ਤੁਸੀਂ ਮੇਰਾ ਕਿਹੜਾ ਮੈਂ ਦੇਖਿਆ ਜਿਹਦੇ ਹੀਰੋ ਨੇ ਅੱਜ ਹੱਥ ਪਾਏ ਹੋਏ ਨੇ ਇੱਥੇ ਬੰਨੇ ਹੋਏ ਨੇ ਤੇ ਥੋੜ੍ਹੀ ਦੇਰ ਵਾਸਤੇ ਸੌ ਜਾ ਉਹ ਮੈਂ ਤੁਹਾਡਾ ਪੋਸਟਰ ਵੇਖਿਆ ਉਹ ਸਾਰਿਆਂ ਉਹ ਆਪਣੇ ਵੱਲ ਵੇਖ ਤੇ ਕੁੜੀ ਵੱਲ ਵੇਖ ਕਣਕ ਵਾਲੇ ਗੋਦਾਮ ਚੋਂ ਆਖਰੀ ਬੋਰੀ ਚੁੱਕੀ ਹੈ ਨਾ ਤੇਰੇ ਵਰਗੀ ਚੂਹੀ ਨਿਕਲਦੀ ਆ ਉਹ 500 ਫਿਲਮ ਦੀ ਹੀਰ ਵਾਲਾ ਐਸਾ ਕਰੋ ਹੈਲੋ ਹੈਲੋ ਚੀਕ ਮਾਰੋ 214 ਨੰਬਰ ਕਮਰਾ ਯਾਦ ਆ ਤੇਰੀਆਂ ਭੈਣਾਂ ਠੀਪਿਆਂ ਤੇ ਨੱਚਦੀਆਂ
ਉਹਨੂੰ ਪਛਾਣ ਤੇਰੇ ਮੈਂ ਸੱਦੇ ਕੇ ਅਸਲਾਮ ਅਲੈਕੁਮ ਉਹ ਭਾਈ ਕੀ ਹਾਲ ਹੈ ਤੇਰੇ ਹੋ ਜੀ ਤੇਰੇ ਚਾਚਾ ਅਸਲਾਮ ਅਲੈਕੁਮ ਜੀ ਫਿਲਮ ਸਟਾਰ ਆਈ ਹੈ ਤੂੰ ਇੱਧਰ ਆ ਜਾ ਠੇਕੇ 'ਚ ਦਰਖਾਸਤਾਂ ਲਿਖਣ ਵਾਲੇ ਆ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਤੇ ਚਾਹ ਵਾਲਾ ਜੀ ਜੀ ਮੇਰਾ ਨਾਮ ਹੈ ਸ਼ਬਨਮ ਤੇ ਪਿਆਰ ਨਾਲ ਮੈਨੂੰ ਸ਼ਬੋ ਕਹਿੰਦੇ ਨੇ ਸ਼ਬੋ ਜੀ ਕਿਤੇ ਟਾਈਮ ਕੱਢ ਕੇ ਸਾਨੂੰ ਵੀ ਦੱਬੋ ਮਤਲਬ ਇੱਕ ਦੋ ਸ਼ਬਦ ਸਾਡੇ ਨਾਲ ਵੀ ਪਾ ਲਓ ਸਾਡੀਆਂ ਸ਼ਬਦ ਵੀ ਚੰਗੀਆਂ ਲੰਘ ਜਾਣੀਆਂ ਤੁਹਾਡਾ ਨਾਂ ਕੀ ਹੈ ਜੀ ਮੈਂ ਕਿਹਾ ਜੀ ਨਾ ਇਹ ਮੇਰਾ ਸ਼ਬਨਮ ਤੇ ਪਿਆਰ ਨਾਲ ਮੈਨੂੰ ਸ਼ਬੋ ਕਹਿੰਦੇ ਨੇ ਇਹ ਕੁੜੀ ਨੇ ਕੋਈ ਸ਼ਾਇਦ ਸੁੱਟ ਲੈਣੀ ਜੀ ਇੱਥੇ ਮੈਂ ਅੱਗੇ ਗੱਲ ਸੁਣੋ ਨਾ ਤੁਸੀਂ ਫਿਲਮਾਂ ਚਾਹੁੰਦੇ ਹੋ ਜੀ ਜੀ ਟੈਲੀਵਿਜ਼ਨ ਤੇ ਵੀ ਮੈਂ ਤੁਹਾਡੇ ਘਰਾਂ ਚਾਹੁੰਦੀਆਂ ਫਿਲਮਾਂ ਸੀ ਆਨੀਆਂ ਤੇ ਉੱਥੇ ਵੀ ਆ ਜਾਇਆ ਕਰੋ ਉੱਥੇ ਕਿਹੜਾ ਟਾਈਮ ਲੱਗਦਾ ਨਹੀਂ ਮਤਲਬ ਇਹ ਵੀ ਕਿ ਤੁਸੀਂ ਇਹ ਬਦਤਮੀਜ਼ ਆਦਮੀ ਇਹਨਾਂ ਨੂੰ ਕੀ ਥੈਂਕ ਯੂ ਭੁੱਖੇ ਜੇ ਨਾ ਹੋਣ ਦੇ ਏਡਾ ਸੈਕਾ ਵੀ ਵੇਖ ਗੋਸ਼ ਕਿੱਥੇ ਵੇ ਉਹ ਸੁਬਾ ਹੀ ਵੇਖ ਗਏ ਆ ਗੱਲ ਕੀ ਉਹਦਾ ਉਹ ਡਾਇਰੈਕਟਰ ਸਾਹਿਬ
ਬਾਹਰ ਲਾਈਟ ਰੈਡੀ ਹੈ, ਕੈਮਰਾ ਰੈਡੀ ਹੈ, ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਓਏ ਹੈ ਡਾਇਰੈਕਟਰ, ਹਾਂਜੀ ਓਏ ਹਮਾਮ ਤੇ ਨਹਾਉਣ ਗਿਆ। ਅੱਛਾ, ਹਮਾਮ ਵਾਲੇ ਨੂੰ ਵਕਤ ਪੈ ਗਿਆ, ਮੋਰੀਆਂ ਚ ਤੌਲੀਏ ਤੁੰਨਣ ਡਿਆ। ਅੱਛਾ, ਮੈਂ ਕਿਹਾ ਹੋਇਆ ਕੀ, ਕਹਿੰਦਾ ਕਿ ਦੋ ਵਾਰੀ ਰੁੜ ਗਿਆ ਬਾਹਰ ਨੂੰ। ਉਹ ਸਾਹਿਬ ਜੀ ਜਾਣਦੇ ਹੋ ਕਿਉਂ ਕਿਉਂ ਯਤੀਮਾਂ ਦੀ ਜੁਗਤਾਂ ਕਰਦੇ ਹੋ? ਛੁੱਟੀ ਮਾਰੀ ਪਾਗਲ ਅਫਸਰ, ਕਿਸੇ ਨੇ ਇਹਨੂੰ ਪੁੱਛਿਆ ਕਲਮਾ ਚੌਕ ਕਿੱਥੇ, ਕਹਿੰਦਾ ਭਾਜੀ ਪਤਾ ਨਹੀਂ ਮੈਂ ਸਾਈ ਆ। ਸਾਡਾ ਡਾਇਰੈਕਟਰ ਇਹਨੇ 18 ਨੰਬਰ ਸੂਈ ਹੁੰਦੀ। ਇਮਾਨਦਾਰ ਪੁਲਿਸ, ਉਹ 5000 ਦਾ ਪੈਟਰੋਲ ਖਰਚ ਕਰਕੇ ਬੰਦਾ ਫੜਦੇ ਆ, 100 ਲੈ ਕੇ ਛੱਡ ਦਿੰਦੇ ਆ। ਮੈਂ ਤੂੰ ਕਿੱਥੇ ਚੱਲੇ? ਮੈਂ ਤੁਹਾਡੇ ਘਰ ਮੈਡਮ ਕੌਣ ਹੈ, ਆਪ ਕਿਧਰ ਆਈ ਹੈ? ਮੈਂ ਪੋਲੀਓ ਕੇ ਕਤਰੇ ਪਿਲਾਣੇ ਆਈ ਹੂੰ। ਅੱਛਾ, ਕਤਰੇ ਪਿਆਣ ਵਾਲੀ ਹੈ ਬੱਚੇ ਕੋ? ਜੀ ਬੱਚੋ ਕੋ? ਅੱਛਾ, ਬੱਚੇ ਕੋ ਪਿਲਾਓ। ਦੇਖੋ ਤੂੰ ਵੱਡਾ ਹੋ ਗਿਆ, ਤੇਰੇ ਲਈ ਮੈਂ ਲਹਿਦਾ ਕਤਰੇ ਰੱਖੇ। ਆਪ ਪੋਲੀਓ ਕੇ ਕਤਰੇ ਪਿਲਾਣੇ ਆਈ ਹੈ ਜੀ? ਕਤਰੇ ਕੌਣ ਪੀਤੇ ਹੈ ਜੀ? ਬੱਚੇ ਹੈ, ਬੱਚੇ ਕੋ ਪਿਲਾਓ। ਦੇਖੋ ਜੀ, ਬੱਚਾ ਤੇ ਇੱਥੇ ਕੋਈ ਨਹੀਂ ਗਾ, ਅੱਲਾ ਖੈਰ ਤੁਸੀਂ ਆ ਗਏ, ਅੱਲਾ ਸਾਨੂੰ ਦੇ ਦੇਗਾ। ਹੁਣ ਮੈਂ ਤੁਹਾਨੂੰ ਦੱਸ ਰਿਹਾ, ਪੋਲੀਓ ਕਤਰੇ ਪਿਲਾ। ਉਸਤਾਦ ਜੀ ਅੰਦਰ ਹੀ ਰਹੋ। ਕਿੱਧਰ ਤੁਰ ਪਏ ਹੋ? ਸਾਨੂੰ ਤੇ ਆਪਣੇ ਕੰਮ ਆਉਂਦਾ, ਅਸੀਂ ਤੇ ਵੇਖਨੇ ਆ ਤੇ ਬਸ ਧਿਆਨ ਪੈ ਜਾਂਦਾ। ਮਾਸ਼ਾਅੱਲਾ, ਇਹ ਕਿਹਨੇ ਸੀਤਾ ਜੀ? ਇਹ ਮੇਰੇ ਡਰੈਸ ਮਾਸਟਰ ਨੇ। ਅੱਛਾ ਅੱਛਾ, ਅਸੀਂ ਸਮਝਾ ਰਹੇ ਹੋ, ਟੈਂਟ ਵਾਲੇ ਨੇ ਲਾਇਆ ਹੈ, ਕਨੋਪੀ ਨਹੀਂ ਲਾਉਂਦੇ ਕਰ ਰਹੇ ਸਿਲਾਹਾਂ ਜੇ, ਜਾਂ ਹੁਣ ਤੁਸੀਂ ਆਪਣਾ ਕੰਮ ਕਰਨਾ? ਨਹੀਂ ਨਹੀਂ, ਅਗਰ ਆਪਕੋ ਖੁੱਲਾ ਲੱਗ ਰਿਹਾ ਤਾਂ ਆਪ ਲੈ ਸਕਦੇ। ਕਾਫੀ ਖੁੱਲਾ ਹੈ, ਇਹਦੇ ਵਿੱਚ ਦੋ ਬੰਦੇ ਵੜ ਸਕਦੇ। ਅੱਛਾ, ਨਾਲ ਮੈਂ ਵੀ? ਠੀਕ ਹੈ ਠੀਕ ਹੈ। ਤੇ ਕਿੱਥੇ ਜੇ ਉਹ ਤੁਹਾਡੇ ਸ਼ੁਰੂ ਸ਼ਹਿਰ ਤੇ ਕੋਈ ਨਹੀਂ, ਤੇ ਕਿੱਥੋਂ ਕਬ ਕਤਰੇ ਪਏ ਹੁੰਦੇ? ਭਾਜੀ ਛੱਡੋ ਇਸ ਗੱਲ ਨੂੰ, ਮੈਂ ਤੁਹਾਨੂੰ ਦੱਸਦਾ। ਹੈਂ ਨਹੀਂ, ਉਹ ਕਤਰੇ ਇਸ ਵਾਰੀ ਮਾਸ਼ਾਅੱਲਾ ਤੂੰ 13ਵੇਂ ਹੱਜ ਤੇ ਜਾਣਾ, ਅੱਲਾ ਦੇ ਹੁਕਮ ਨਾਲ ਮਰਦੇ ਦਮ ਤੱਕ ਜਾਣਾ। ਆਮੀਨ ਸੁਮਾ ਆਮੀਨ। ਹਾਂ ਭਾਈ ਸਾਹਿਬ, ਕਦੀ ਵੈਸੇ ਤੁਸੀਂ GT ਰੋਡ ਤੇ ਗਏ ਹੋ ਕਿਸੇ ਬੰਜੀ ਹੋਟਲ ਤੇ ਚਾਹ ਪੀਣ? ਮੈਂ ਬੜੀ ਚਾਹ ਪੀਣ। ਉੱਥੇ ਉਹ ਤੁਸੀਂ ਕਿਹਾ ਆਫਸਰ ਚਾਹ ਲੈ ਕੇ ਆ, ਉਹ ਦੋ ਕੱਪ ਤੇ ਨਿੱਕੀ ਜੀ ਚੈਨਕ, ਉਹ ਜਿੱਥੋਂ ਚੈਨਕ ਫੜੀ ਦੀ ਹੈ ਨਾ ਤੇ ਅੱਗੋਂ ਜਿੱਥੋਂ ਚਾਹ ਨਿਕਲਦੀ ਹੈ, ਦੇਖੋ ਜਿੱਥੋਂ ਚਾਹ ਨਿਕਲਦੀ ਉਹਦੇ ਵਰਗਾ ਤੁਹਾਡਾ ਮੂੰਹ ਨਹੀਂ। ਓਕੇ, ਫੇਰ ਕਿਹਦੇ ਵਰਗਾ? ਜਿਹੜੀ ਅੱਗੇ ਕਾਗਜ਼ ਹੀ ਬਣਾ ਕੇ ਚੈਨਕ ਦੇ ਚੁੰਝ ਨਹੀਂ ਦਿੰਦੇ ਅੱਗੇ ਆ। ਉਸਤਾਦ ਨਾਮ ਤੇਰਾ ਜੀ? ਅੱਛਾ, ਆਪਕੇ ਸਾਥ ਕੋਈ ਹੈ? ਜੀ ਜੀ ਬਿਲਕੁਲ। ਆਪਣਾ ਕੰਪਿਊਟਰ ਜੀ ਆ ਜਾ ਵੀ, ਪਹਿਲੇ ਦੋ ਆਂਡੇ ਤੇ ਦੇ। ਸ਼ਰਮ ਕਰੋ ਸਾਜੀ, ਆਪਣਾ ਲਿਆ ਕਤਰੇ। ਮੈਂ ਤਾਂ ਕਹਿੰਦਾ ਵਾ ਤੁਹਾਡੀ ਉਮਰ ਬੜੀ ਹੈਗੀ, ਕਤਰੇ ਰਹਿਣ ਦੇ, ਕੈਪਸੂਲ ਲਵੋ। ਕਿੱਥੇ ਕੈਪਸੂਲ? ਕਦੀ ਤੁਸੀਂ ਚਾਰ ਪਾਨ ਇਕੱਠੇ ਲਏ ਹੁਣ, ਤਿੰਨ ਮਿੱਠੇ ਇੱਕ ਪੱਤੀ ਵਾਲਾ, ਹਜ਼ਾਰਾਂ ਵਾਰੀ ਉਹ ਚਾਰ ਪਾਨ ਲਪੇੜ ਕੇ ਇੱਕੋ ਲਿਫਾਫੇ ਚ ਪਾ ਦਿੰਦਾ, ਅਗਰ ਕਿਹੜੀ ਐਸੀ ਨਿਸ਼ਾਨੀ ਲੱਗਦਾ ਪਤਾ ਲੱਗੇ ਕਿ ਇਹ ਪੱਤੀ ਵਾਲਾ, ਤਿੰਨ ਮਿੱਠੇ ਦੇ? ਉਹ ਜਿਹੜਾ ਇੱਕ ਹੁੰਦਾ ਨਾ ਜੀ, ਉਹਦਾ ਕੋਨਾ ਪਾੜ ਦਿੰਦੇ ਨੇ, ਉਹਦੇ ਵਰਗਾ ਤੁਹਾਡਾ ਮੂੰਹ ਨਹੀਂ। ਫੇਰ ਕਿਹਦੇ ਵਰਗਾ? ਹੈ
ਫੇਰ ਕਿਹਦੇ ਵਰਗਾ ਜਿਹੜਾ ਐ ਘੁਮਾ ਕੇ ਉਤੋਂ ਅੰਗੂਠੇ ਨਾਲ ਐ ਕਰਕੇ ਥੱਲੋਂ ਐ ਨਹੀਂ ਕਰਦਾ ਜਦੋਂ ਅੱਜ ਅਗਰ ਤੈਨੂੰ ਮੈਂ ਇਸ ਕੰਮ ਤੋਂ ਕੱਢ ਦਿਆਂ ਕੱਲ ਨੂੰ ਤੂੰ ਐਕਟਰ ਬਣ ਜਾਏਗਾ ਮੈਂ ਕੱਲ ਨੂੰ ਗੁਜਰਾਂ ਵਾਲੇ ਚਲੇ ਜਾਵਾਂ ਮੇਰੀ ਗੱਲ ਸੁਣੋ ਮਾਸ਼ਾਅੱਲਾ ਨਾਪ ਲਵੋ ਜ਼ਰਾ ਨਾਪ ਹੋ ਗਿਆ ਹੋ ਗਿਆ ਨਾ ਹਾਂ ਮੇਰੇ ਜ਼ਿਹਨ ਚ ਆ ਗਿਆ ਮਾਂ ਐ ਜ਼ਰਾ ਵਾਲ ਚੁੱਕੋ ਵਾਲ ਚੁੱਕੋ ਪੂਰੇ ਚੁੱਕੋ ਅੱਗੇ ਕਰੋ ਐ ਸਾਰੇ ਇੱਥੇ ਤਾਂ ਐ ਵੇਖ ਕੇ ਕਰੋ ਪਿੱਛੇ ਸਾਰੇ ਚੁੱਕੋ ਮੈਡਮ ਹਾਂ ਕੋਈ ਫਾਇਦਾ ਨਹੀਂ ਕਮੀਜ਼ ਹੀ ਹੈ ਪਤਾ ਨਹੀਂ ਕਿਹੜੀਆਂ ਬਰੀਕੀਆਂ ਚ ਪਿਆ ਹੈ ਤੂੰ ਭਾਈ ਸਾਹਿਬ ਹਾਂਜੀ ਛੱਡੋ ਕੀ ਪਿਆ ਇਸ ਕੰਮ ਦੇ ਵਿੱਚ ਆਪਾਂ ਲੱਗਾ ਫਾਪਾ ਇਸ ਕੰਮ ਕਦੀ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ ਹੁਣ ਪਤਾ ਨਹੀਂ ਹਾਂ ਕਹਿਣਾ ਕਿ ਨਹੀਂ ਅਸਲ ਵਿੱਚ ਮੈਂ ਨਾ ਮੋਚੀ ਦੀ ਦੁਕਾਨ ਤੇ ਜਾਂਦਾ ਨਹੀਂ ਹਾਂਜੀ ਮੇਰਾ ਇੱਕ ਮਾਮਾ ਹੁੰਦਾ ਸੀ ਅੱਛਾ ਉਹਦੀ ਮੋਚੀ ਦੀ ਦੁਕਾਨ ਸੀ ਉਹਦੇ ਉੱਤੇ ਮੈਂ ਜਾਂਦਾ ਉਹ ਮੋਚੀ ਨੇ ਕਿ ਲੋਹੇ ਦਾ ਰੱਖਿਆ ਹੁੰਦਾ ਤਿੰਨ ਮੂੰਹ ਵਾਲਾ ਯਾਨੀ ਗੱਲ ਕੱਢ ਲੈਣੀ ਹੈ ਉਹ ਜਿਹਦੇ ਉੱਤੇ ਬੂਟ ਚੜਾ ਕੇ ਉਹ ਕਿੱਲ ਲਾਉਂਦਾ ਦੇਖ ਉਹਦੀ ਅਰਗਾ ਤੇ ਤੁਹਾਡਾ ਮੂੰਹ ਨਹੀਂ ਤੇ ਫੇਰ ਕਿਹਦੇ ਵਰਗਾ ਜਿਹੜੀ ਬੂਟ ਦੇ ਵਿੱਚ ਪਾ ਕੇ ਸੂਤਰ ਪਾ ਕੇ ਐ ਨਹੀਂ ਖਿੱਚਦਾ ਕੁਝ ਨੀ ਗਰਮ ਸਲਵਾਰ ਪਾ ਬੈਠਾ ਉਹ ਇਹਨਾਂ ਨੂੰ ਥੱਲੇ ਅੱਗ ਲੱਗੀ ਆਪ ਉੱਤੋਂ ਪੁੱਜ ਗਿਆ ਪਿਆਰੀ ਆਪ ਬੇਟਾ ਇੱਕ ਮਿੰਟ ਬੱਚੀ ਹਜੇ ਨਹੀਂ ਗਿੱਜੀ ਹੌਸਲਾ ਰੱਖ ਗੋਲ ਗਲੇ ਦਾ ਗੁਰਦਾ ਪਾਉਂਦਾ ਸੀ ਉਹ ਫੇਲ ਹੋ ਗਿਆ ਹਾਂਜੀ ਗੁਰਦਾ ਫੇਲ ਹੈ ਟਕਾ ਟਕ ਠੀਕ ਨੇ ਟਕਾ ਟਕ ਹੋਤੇ ये बकरे के जरूरी डॉक्यूमेंट्स पाए पाए वो सारे इन्हें घर जमा होंगे ने जो जो कट हो बकरा नहीं मानते हमें बकरा है मेरा मेरा जी तुसी पोलियो के कतरे पिओने ने कहने भी एक कुड़ी मैंने पिओना इसमें मैं पूरा जग पी गया हाय हाय मुड़ के गलास पवा के मैं नाल बाकर खानी मंगवा ली है ਤੁਸੀਂ ਇਸ ਬੱਚੇ ਦੇ ਕੋਲ ਨਹੀਂ ਪਤਾ ਹੋਣਾ ਬਦਤਮੀਜ਼ ਆਦਮੀ ਹੈ ਹਾਂਜੀ ਇਹ ਪਿੱਛੋਂ ਐਕਸਰੇ ਕਰਾ ਕੇ ਕਹਿੰਦਾ ਮੇਰੇ ਦਿਲ 'ਚ ਸਰਾਖ ਹੈ ਉਹ ਡਾਕਟਰ ਵਿਚਾਰੇ ਪਿੱਟ ਪਿੱਟ ਮਾਰ ਗਏ ਕਿ 20 ਸਾਲ ਹੋ ਗਏ ਨੇ ਸਾਨੂੰ ਮੈਡੀਕਲ ਦੇ ਸ਼ੋਬੇ 'ਚ ਦਿਲ ਦਾ ਸਰਾਖ ਐਡਾ ਨਹੀਂ ਹੁੰਦਾ ਉੱਤੋਂ ਇਹ ਬਦਤਮੀਜ਼ ਕਹਿੰਦਾ ਮੈਂ ਜਿੰਨਾ ਪਿਆਰ ਕਰਦਾ ਸੀ ਕੁੜੀ ਬੇਵਫਾ ਸੀ ਮੇਰੇ ਦਿਲ 'ਚ ਉਂਗਲ ਫੇਰਦੀ ਸੀ ਅਸਲਾਮ ਅਲੈਕੁਮ ਜੀ ਵਾਲਿਕੁਮ ਅਸਲਾਮ ਜੀ ਕਿੱਧਰ ਜੀ ਪੋਲੀਓ ਕੇ ਕਤਰੇ ਕਤਰੇ ਪੀਂਦੇ ਹੋ ਜੀ ਬਿਲਕੁਲ ਕੋਈ ਬੱਚਾ ਹੈ ਤਾਂ ਬੁਲਾਓ ਹੈ ਕੋਈ ਬੱਚਾ ਹੈ ਤਾਂ ਬੁਲਾਓ ਆਏ ਨੇ ਹੁਣ ਕੋਸ਼ਿਸ਼ ਕਰਨੇ ਆ ਮੇਰੀ ਮੁਰਾਦ ਪੂਰੀ ਹੋਈ ਨਾ ਮੰਮੀ ਇੱਕ ਚੇਨ ਚੜਾਵਾਂਗਾ ਜੀ ਮੈਂ ਤਾਂ ਕਹਿੰਦਾ ਬਾਬਾ ਜੀ ਉਮਰ ਦੇ ਹਿਸਾਬ ਨਾਲ ਟੀਕਾ ਲਾਓ ਕੁੜੀਏ ਵਾਹਲੇ ਬੱਚਿਆਂ ਨੂੰ ਪਿਆਉਂਦੀ ਜੀ ਬਿਲਕੁਲ ਮੈਨੂੰ ਤੇ 6 ਮਹੀਨੇ ਹੋ ਗਏ ਡਿਊਟੀ ਤੇ ਆ ਮੈਂ ਘਰੋਂ ਆਇਆ ਫਿਰ ਵੀ ਕਰ ਕਰਨਾ ਫੋਨ ਸ਼ਾਇਦ ਕੋਈ ਕਾਕਾ ਆਇਆ ਹੋਵੇ ਉਹ ਮੇਰਾ ਮਤਲਬ ਹੈ ਕੋਈ ਭਤੀਜਾ ਭਤੀਜੀ ਕੋਈ 100 ਗੱਲ ਅਸੀਂ ਇਕੱਠੇ ਲੈਨੇ ਨਾ ਮੁਜਰਮ ਹੈ ਇਹਨਾਂ ਨੇ ਮੈਨੂੰ ਫੜਿਆ ਵੈਸੇ ਮੇਰੀ ਦੁਕਾਨ ਮੈਂ ਲਾੜਾ ਤਿਆਰ ਕਰਨਾ ਤੇ ਉਹ ਤੁਹਾਡੇ ਜ਼ਿਹਨ 'ਚ ਹੋਏਗਾ ਬਿਊਟੀ ਪਾਰਲਰ ਕਹੀਏ ਹਕੀਮ ਆ ਨਹੀਂ ਤੇ ਚਾਂਦਾ ਕੀ ਹੈ ਕੁਛ ਵੀ ਨਹੀਂ ਕਿਵੇਂ ਆਏ ਤੁਸੀਂ ਕਿਵੇਂ ਆਏ ਲਾਫਟਰ ਚਾਂਦਾ ਕਤਰੇ ਬਣਾਉਣੀ ਹੈ ਹਾਂਜੀ ਤੇ ਤੁਹਾਡੇ ਕੋਲ ਹੁੰਦੇ ਨਹੀਂ ਤੁਸੀਂ ਓ ਹਾਈ ਸਰੋ ਮੋਸ਼ਨ ਬਗਾ ਦਿੱਤਾ ਬੱਚਾ ਹਾਂ ਇਹੋ ਹੀ ਬੱਚੇ ਆ ਕੁੜੀ ਨੇ ਤੈਨੂੰ ਕਤਰੇ ਬਣਾਉਣੇ ਨੇ ਤੁਸੀਂ ਮੈਨੂੰ ਬੱਚੇ ਹੀ ਲੱਗ ਰਹੇ ਹੋ ਮੈਂ ਫੜ
ਕੇ ਪੀਣੇ ਆ ਲੋ ਬੜਾ ਕਰਮ ਹੋ ਗਿਆ ਮੈਂ ਤਾਂ ਖੁਸਰੇ ਦਾ ਵਿਆਹ ਕਰਾਇਆ, ਉਹਦੇ ਵਿੱਚ ਔਲਾਦ ਹੋ ਗਈ। ਕਿੱਥੇ ਫਾਈਨਲ ਕਰ ਨਾ ਨਾ ਨਾ